ਸੋ ਲਾਈਵ ਹੋਇਆ ਤੁਹਾਡਾ ਮਾਲਟੋਨ ਮਾਰਕੀਟ ਤੋਂ ਦੱਸਦੇ ਜਿੱਥੇ ਕਿ ਗੱਡੀ ਜਿਹੜੀ ਕਿ ਖੋ ਕੇ ਲੈ ਗਏ ਵੱਡੀ ਵਾਰਦਾਤ ਮੌਕੇ ਤੇ ਦੇਖ ਸਕਦੇ ਹੋ ਕਿ ਲੋਕ ਮਲਾਏ ਹੁੰਦੇ ਬਾਹਰ ਤੇ ਜਿਹੜਾ ਕਿ ਇੱਕ ਬੰਦੇ ਨਾਲ ਜਿਹੜੀ ਕਿ ਪ੍ਰੀਜ਼ਾ ਗੱਡੀ ਸੀ ਗੱਲਬਾਤ ਖੋ ਕੇ ਲੈ ਗਏ ਆ ਬਾਈ ਨਾਮ ਕੀ ਤੁਹਾਡਾ ਜੀ ਰਜਿੰਦਰ ਕੁਮਾਰ ਕੀ ਗੱਲਬਾਤ ਹੋਈ ਰਜਿੰਦਰ ਜੀ ਭਾਜੀ ਗੱਡੀ ਲੈ ਗਏ ਆ ਮੇਰੀ ਨਾ ਐਕਚੁਅਲੀ ਕਿਹੜੀ ਗੱਡੀ ਸੀ ਬ੍ਰੀਜ਼ਾ ਗੱਡੀ ਸੀ ਭਾਜੀ ਬ੍ਰੀਜ਼ਾ ਗੱਡੀ ਸੀ ਹਾਂਜੀ ਭਾਜੀ ਕੌਣ ਲੈ ਗਏ ਗੱਡੀ ਭਾਜੀ ਇੱਕ ਨੌਨ ਸੀਗੇ ਬਾਕੀ ਮੈਨੂੰ ਪਤਾ ਨਹੀਂ ਕੌਣ ਸੀ ਨੌਨ ਕੌਣ ਮਨਿੰਦਰ ਨਾਂ ਸੀ ਭਾਜੀ ਕੈਰੀਅਰ ਲਿੰਕ ਕੰਸਲਟੈਂਟ ਤੋਂ ਉਹ ਆਏ ਸੀਗੇ ਕੈਰੀਅਰ ਲਿੰਕ ਹਾਂ ਅਤੇ ਉਹ ਮੈਨੂੰ ਇੱਧਰ ਮਿਲੇ ਸੀਗੇ ਅਤੇ ਮੈਂ ਉਹਨਾਂ ਨੇ ਪਹਿਲਾਂ ਮੈਨੂੰ ਆਪਣੀ ਗੱਡੀ 'ਚ ਪਾਇਆ ਕਿ ਬਈ ਸਾਡਾ ਲੈਣ ਦੇਣ ਦਾ ਮਾਮਲਾ ਹੈ ਬਈ ਤੂੰ ਆਇਆ ਸੀਗਾ ਤੂੰ ਦੱਸ ਵੀ ਕੀਤਾ ਕੀ ਕਰਨਾ ਬਈ ਮੈਂ ਆਇਆ ਥਾ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਨਾ ਮੈਂ ਕੋਈ ਗਰੰਟਰ ਹੂੰ ਤਾਂ ਬਈ ਆਪ ਮੁਝੇ ਐਸਾ ਕਿਉਂ ਬੋਲ ਰਹੇ ਹੋ ਹਰਾਸਮੈਂਟ ਮੁਝੇ ਕਿਉਂ ਕਰ ਰਹੇ ਹੋ ਕਹਿੰਦੇ ਨਹੀਂ ਆਪਾਂ ਤਾਂ ਅਬ ਤੋ ਤੇਰੇ ਕੋ ਵੈਸੇ ਤਬ ਤੱਕ ਨਹੀਂ ਜਾਣੇ ਦਿੱਤੇ ਹਮਲਕ ਜਬ ਤੱਕ ਜਾਂ ਕੁਛ ਕੈਸੇ ਵੀ ਕਰਨਾ ਪੜੇ ਹਮ ਤੁਸੇ ਪੈਸੇ ਲੇਂਗੇ ਤੋ ਫਿਰ ਕੈਸੇ ਨਾ ਕੈਸੇ ਕਰਕੇ ਮੈਨੇ ਬੋਲਾ ਵੀ ਆਪ ਥਾਣੇ ਲੈ ਚਲੋ ਅਗਰ ਲੀਗਲੀ ਹੋਗਾ ਮੈਨੇ ਆਪਕਾ ਦੇਣਾ ਹੋਗਾ ਕੁਛ ਵੀ ਤਾਂ ਮੈਂ ਆਪਕੋ ਦੇ ਦੂੰਗਾ ਨਹੀਂ ਦੇਣਾ ਹੋਗਾ ਤੋ ਆਪ ਪ੍ਰੂਫ ਤੋ ਕਰੋ ਉਸ ਚੀਜ਼ ਕੋ ਲੇਕਿਨ ਉਨਕੇ ਪਾਸ ਐਸਾ ਕੋਈ ਵੀ ਉਹ ਨਹੀਂ ਕਿਉਂਕਿ ਜਬ ਮੇਰਾ ਹੈ ਨਹੀਂ ਕੋਈ ਲੈਣਾ ਦੇਣਾ ਤੋ ਮੈਂ ਉਹ ਕੈਸੇ ਪ੍ਰੂਫ ਕਰਾਂ ਦੂਸਰੀ ਚੀਜ਼ ਕਿਆ ਹੈ ਸਰ ਜੋ ਇਹ ਮਾਮਲਾ ਹੁਆ ਹੈ ਜੋ ਲੜਕਾ ਜਿਨ ਸੇ ਇਸਕਾ ਲੈਣ ਦੇਣ ਹੈ ਵੋ ਲੜਕਾ ਜਬ ਹਮ ਯਹਾਂ ਮੈਂ ਇੱਕ ਵਾਰ ਇਨਸੇ ਮਿਲਨੇ ਆਇਆ ਥਾ ਮੈਨੇ ਇਨਕੋ ਬੋਲਾ ਥਾ ਕਿ ਬਈ ਕਿਉਂਕਿ ਉਹ ਇਨਕਾ ਨਾ ਪਰਚਾ ਦੇ ਰਹਾ ਥਾ ਕਿਉਂਕਿ ਇਨਹੋਨੇ ਕਿਸੀ ਕੋ ਵੀਜ਼ਾ ਦਿਆ ਥਾ ਵੋ ਬੱਚੇ ਫਲਾਈ ਨਹੀਂ ਹੋਏ ਵੋ ਬੱਚੇ ਜਬ ਫਲਾਈ ਨਹੀਂ ਹੋਏ ਤੋ ਜੋ ਇਨਕੇ ਆਪਸ ਮੇਂ ਜਬ ਵਹਾਂ ਪੇ ਦਰਖਾਸਤ ਵਗੈਰਾ ਦੇ ਰਹਾ ਥਾ ਤੋ ਮੇਰੇ ਸਾਹਮਣੇ ਮਨਿੰਦਰ ਕਾ ਨਾਮ ਆਇਆ ਕਿ ਬਈ ਮਨਿੰਦਰ ਏਜੰਟ ਹੈ ਤੋ ਫਿਰ ਮੈਨੇ ਬੋਲਾ ਵੀ ਮਨਿੰਦਰ ਕੋ ਤੋ ਮੈਂ ਵੀ ਜਾਣਤਾ ਹੂੰ ਬਈ ਕਰ ਕੋਈ ਨਾ ਕਰ ਲੈਤੇ ਹੈ ਵੋ ਵੀ ਭਾਈ ਆਪ ਵੀ ਭਾਈ ਹੋ ਤੋ ਜਬ ਇਨਸੇ ਬਾਤ ਕਰਨੇ ਆਏ ਤੋ ਇਨਹੋਨੇ ਬਈ ਐਗਰੀ ਵੀ ਕੀਆ 15-20 ਦਿਨ ਇਨਹੋਨੇ ਟਾਲਾ ਵੀ ਪਰ ਉਨਹੋਨੇ ਬੋਲਾ ਠੀਕ ਹੈ ਬਈ ਮੈਂ ਫਲਾਈ ਕਰ ਦੂੰਗਾ ਇਨਹੋਨੇ ਬਾਅਦ ਮੈਂ ਫਲਾਈ ਕਰਾ ਤੋ ਅਬ ਜੋ ਮਾਮਲਾ ਹੈ ਇਨਕਾ ਜੋ ਆਪਸੀ ਲੈਣ ਦੇਣ ਕਾ ਮਾਮਲਾ ਜੋ ਇਹ ਹੈ ਕਿ ਇਹ ਕਹਿ ਰਹੇ ਕਿ ਵੀ ਹਮਾਰੇ ਟਿਕਟ ਕੇ ਔਰ ਉਸਕੇ ਪੈਸੇ ਬਣਤੇ ਹੈ ਕਿੰਨੇ ਪੈਸੇ ਟੋਟਲ ਇਹ 8 ਲੱਖ ਦਾ ਬੋਲ ਰਹੇ ਹੈ ਕਿ 8 ਲੱਖ ਦਾ ਹਿਸਾਬ ਕਿਤਾਬ ਹੈ ਸਾਡਾ ਤੋ ਮੈਨੇ ਬੋਲਾ ਵੀ ਹਮਾਰਾ ਮੇਰੇ ਸਾਥ ਆਪਕਾ ਕੋਈ ਹਿਸਾਬ ਹੈ ਕਿਤੇ ਤੁਹਾਡੇ ਸਾਥ ਮੇਰਾ ਕੋਈ ਹਿਸਾਬ ਨਹੀਂ ਮਤਲਬ ਗੱਡੀ ਜਿਹੜੀ ਲੈ ਗਈ ਹੈ ਉਹ ਲੈਣ ਦੇਣ ਦਾ ਮਸਲਾ ਹੀ ਤਾਂ ਲੈ ਗਈ ਹੈ ਹਾਂਜੀ ਮਤਲਬ ਮੇਰਾ ਨਹੀਂ ਹੈ ਫੋਨ ਹੀ ਹੋਈ ਹੈ ਮੇਰਾ ਕੋਈ ਮਾਮਲਾ ਗੱਡੀ ਤੁਹਾਡੀ ਹੈ ਗੱਡੀ ਮੇਰੀ ਗੱਡੀ ਤੁਹਾਡੀ ਮੇਰੇ ਕਜ਼ਨ ਦੀ ਹੈ ਨਹੀਂ ਮੇਰੇ ਕਜ਼ਨ ਦੀ ਆ ਅੱਛਾ ਮੈਂ ਜਿੰਨਾ ਕੋ ਪੈਸੇ ਲੈਣੇ ਸੀ ਉਹ ਬੰਦੇ ਨੇ ਤੁਹਾਡੇ ਨਾਲ ਬੈਠੇ ਸੀਗੇ ਹਾਂਜੀ ਸਰ ਭਾਜੀ ਤੁਹਾਡੇ ਗੱਡੀ ਨੰਬਰ ਕੀ ਹੈ ਭਾਜੀ ਜਿਹੜਾ 451BP739 ਹਰਿਆਣਾ ਨੰਬਰ ਹੈ ਹਾਂਜੀ ਕਿਹੜੇ ਰੰਗ ਦੀ ਗੱਡੀ ਵਾਈਟ ਕਲਰ ਕੀ ਬਰੀਜ਼ਾ ਸਰ ਵਾਈਟ ਕਲਰ ਦੀ ਹੈ ਤੇ ਲੈਣ ਦੇਣ ਕਿਹਦੇ ਨਾਲ ਸੀਗਾ ਜਿਹੜਾ ਲੈਣ ਦੇਣ ਸਰ ਮੇਰੇ ਚਾਚਾ ਦਾ ਲੜਕਾ ਹੈ ਉਸਕੇ ਅੱਗੇ ਨੋਨ ਹੈ ਉਹਨਾਂ ਲੈਣਾ ਦੇਣਾ ਹੈ ਅੱਛਾ ਉਹਨਾਂ ਦਾ ਅੱਗੇ ਲੈਣਾ ਦੇਣਾ ਸੀ ਮਤਲਬ ਤੁਹਾਡੇ ਚਾਚੇ ਦਾ ਲੜਕਾ ਯਾਰ ਦੋਸਤ ਅੱਗੇ ਅੱਛਾ ਜੀ ਤੋ ਮੇਰਾ ਵੈਸੇ ਕੋਈ ਲੈਣਾ ਨਹੀਂ ਹੈ ਤੁਹਾਡੇ ਨਾਲ ਕੀ ਮਸਲਾ ਹੈ ਤੁਹਾਡੀ ਗੱਡੀ ਕੋ ਲੈ ਕੇ ਜੀ ਖੋ ਮੇਰੀ ਗੱਡੀ ਤਾਂ ਲੈ ਗਏ ਭਾਜੀ ਉਹ ਕਹਿੰਦੇ ਤੁਸੀਂ ਨਾਲ ਆਏ ਸੀਗੇ ਉਹਨਾਂ ਦੇ ਤੁਸੀਂ ਗਏ ਸੀ ਨਾਲ ਉਦੋਂ ਮੈਂ ਹਾਂਜੀ ਇੱਕ ਵਾਰੀ ਮੈਂ ਵਿਜ਼ਿਟ ਕੀਤਾ ਇੱਥੇ ਮੈਂ ਉਹਨਾਂ ਦੀ ਸੁਲਾਹ ਕਰਾਈ ਸੀਗੀ ਬਟ ਮੇਰੇ ਮੈਂ ਕੋਈ ਨਾ ਕੋਈ ਜ਼ਿੰਮੇਵਾਰੀ ਚੱਕੀ ਨਾ ਮੈਂ ਕਿਸੇ ਨੂੰ ਕਿਹਾ ਕਿ ਮੈਂ ਤੁਹਾਡੇ ਪੈਸੇ ਦਊਂਗਾ ਜਾਂ ਕੁਝ ਦਊਂਗਾ ਉਹ ਉਦਾਂ ਹੀ ਫੋਰਸਫੁਲੀ ਮੈਨੂੰ ਹਰਾਸਮੈਂਟ ਕਰਨ ਲਈ ਮੇਰੀ ਗੱਡੀ ਸੀਗੀ ਬਾਅਦ 'ਚ ਫਿਰ ਜਦੋਂ ਮੈਂ ਇੱਧਰ ਆਇਆ ਉਹ ਥਾਣੇ 'ਚ ਗਏ ਆ ਮੈਨੂੰ ਥਾਣੇ ਲੈ ਕੇ ਗਏ ਆ ਮੈਨੂੰ ਚੱਕ ਕੇ ਕਿਤੇ ਹੋਰ ਲੈ ਗਏ ਮੇਰੀ ਗੱਡੀ ਸੀ ਬਿਠਾ ਕੇ ਕਦੋਂ ਉਦੋਂ ਹੀ ਕਿ ਅੱਜ ਉਦੋਂ ਹੀ ਸਰ ਉਦੋਂ ਹੀ 3-4 ਗਾੜੀਆਂ ਸੀ ਤਾਂ ਮੈਂ ਲਾਸਟ ਵਾਲੀ ਗਾੜੀ ਤੇ ਜਦੋਂ ਗੱਡੀ ਖੋ ਕੇ ਲੈ ਗਈ ਆ ਹਾਂਜੀ ਹਾਂਜੀ ਤੁਹਾਨੂੰ ਕਿੱਥੇ ਲੈ ਕੇ ਬਿਠਾ ਕੇ ਮੈਂ ਤਾਂ ਥਾਣੇ ਗਿਆ ਸਰ ਉਹਨਾਂ ਨਾਲ ਮੈਂ ਕਿਹਾ ਮੈਂ ਕਿਵੇਂ ਥਾਣੇ ਜਾ ਕੇ ਗੱਲ ਕਰਾਂਗਾ ਮੈਂ ਮਾਡਲ ਤਾਂ ਹੁੰਦੀ ਵੀ ਡੀਏ ਡਿਵੀਜ਼ਨ 6 ਜਿਹੜਾ ਥਾਣਾ 6 ਨੰਬਰ ਤੁਹਾਨੂੰ ਕਿੱਥੇ ਲੈ ਗਏ ਬਾਈ ਕਿਹੜੇ ਨਾਮ ਲੈ ਗਏ ਨਹੀਂ ਪਤਾ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸ਼ੁਭਮ ਅੱਛਾ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਗੱਲ ਇਹ ਸੀ ਮੈਂ ਬਾਈ ਵਾਂ ਸੇ ਨਿਕਲੇ ਤੇ ਤੋ ਮੇਰੇ ਪਿੱਛੇ ਫੋਰਜੂਨਰ ਲਗਾ ਦੀ ਦੋ ਗਾੜੀ ਆ ਗਏ ਅੜਾ ਤੇ ਨਹੀਂ ਇੱਥੇ ਕੀ ਕਰਨਾ ਆਏ ਸੀ ਤੁਸੀਂ ਮੋਟਰ ਯਹਾਂ ਪੇ ਮੈਂ ਬਾਈ ਕੇ ਸਾਥ ਉਨਸੇ ਮਿਲਨੇ ਆਇਆ ਥਾ ਕਿਨਾਂ ਨੂੰ ਮਿਲਣਾ ਆਏ ਸੀ ਜੋ ਨਿਕੇਸ਼ ਜੀ ਹੈ ਨਿਕੇਸ਼ ਜੀ ਕੌਣ ਦੋਸਤ ਹੈ ਇਨਕੇ ਦੋਸਤ ਹੈ ਫਰੈਂਡ ਹੈ ਮਿਲਨੇ ਗਏ ਤੇ ਮੈਂ ਗਾੜੀ ਮੇ ਬੈਠਾ ਥਾ ਤੋ ਜਦ ਕਿ ਬਾਹਰ ਨਿਕਲੇ ਤੋ ਉਹਨੇ ਖੜਕਾਇਆ ਮੈਂ ਜੀ ਬੋਲਾ ਫੋਨ ਕਰੇ ਬਾਹਰ ਆਓ ਉਹਨੇ ਚਾਬੀ ਨਿਕਾਲੀ ਔਰ ਉਹ ਜੋ ਲੜਕੇ ਥੇ ਉਹ ਸਾਰੇ ਉਸ ਬੈਠ ਕੇ ਮੈਨੂੰ ਬਾਹਰ ਨਿਕਾਲ ਦਿਆ ਅਸਰ ਮੈਨੂੰ ਮਾਰ ਰਹੀ ਦਿਨ ਕੇ ਦਿਨ ਲੱਗੇ ਭਾਈ ਪਾਜੀ ਜਲਦੀ ਜਲਦੀ ਕਰੋ ਦੋ ਬੰਦੇ ਆ 4-4 ਲੱਖ ਰੁਪਏ ਲੈਣੇ ਆ ਕੇ ਗੋਲੀ ਮਾਰ ਕੇ ਇਹਨਾਂ ਨੂੰ ਸੁੱਟ ਜਾਗੇ ਕਿਤੇ ਤੇ ਤੁਹਾਡੇ ਕੋਲ ਪੈਸੇ ਲੈਣੇ ਸੀ ਉਹਨਾਂ ਨੇ ਨਹੀਂ ਹਮ ਮੇਰਾ ਕੋਈ ਲੈਣਾ ਮਾਰਾ ਕੋਈ ਲੈਣਾ ਨਹੀਂ
ਫਿਰ ਤੁਹਾਡੇ ਨਾਲ ਕੀ ਤੁਹਾਨੂੰ ਕਾ ਤੋਂ ਲੈ ਕੇ ਗੱਡੀ ਬਿਠਾ ਗਏ? ਮੇਰੇ ਕੋ ਤੋਂ ਉਸਕੇ ਲੈ ਗਏ ਨਾ ਭਾਈ, ਇਸ ਚੱਕਰ ਵੀ ਉਨ ਸੇ ਪੈਸੇ ਲੈਣਾ ਭਾਈ, ਇਨਕੋ ਉਠਾ ਲੋ ਤੋ ਵੋ ਪੈਸੇ ਦੇਂਗੇ। ਇਹ ਤੁਹਾਨੂੰ ਤਾਂ ਜਾਣਦੇ ਸੀ ਉਹ? ਨਹੀਂ, ਮੈਂ ਮੇਰੇ ਕੋ ਨਹੀਂ ਜਾਣਦਾ ਕੋਈ। ਤੁਸੀਂ ਉਹਨਾਂ ਨੂੰ ਨਹੀਂ ਜਾਣਦੇ? ਮੈਂ ਜਾਣਦਾ ਨਾ, ਮੈਨੂੰ ਉਹ ਕੋਈ ਜਾਣਦੇ। ਹਾਂ, ਫਿਰ ਤੁਹਾਨੂੰ ਕਿਉਂ ਲੈ ਗਏ ਤੁਸੀਂ ਉਹਨਾਂ ਨਾਲ ਸੀ ਤਾਂ ਲੈ ਗਏ? ਉਹਨਾਂ ਦੇ ਨਾਲ ਸੀ ਤਾਂ ਲੈ ਗਏ। ਅੱਛਾ, ਉਹਨਾਂ ਦਾ ਉਧਰ ਲੈਣ ਦੇਣ ਹੈਗਾ? ਉਹਨਾਂ ਨਹੀਂ, ਉਹਨਾਂ ਦਾ ਵੀ ਨਹੀਂ ਹੈ, ਉਹਨਾਂ ਜੋ ਆਪਣੇ ਰਿਸ਼ਤੇਦਾਰ ਹੈ ਉਹਨਾਂ ਦਾ ਹੈ। ਇਸ ਲਈ ਭਾਈ ਉਨਕੋ ਜਾਣਦੇ ਸੀ ਤੋ ਇਨਕੋ ਲੈਣ ਦੇਣ ਰਿਸ਼ਤੇਦਾਰ, ਮੈਂ ਇਹਨਾਂ ਨੂੰ ਕਿਉਂ ਲੈ ਕੇ ਬਿਠਾ ਕੇ ਬਸ ਧੱਕੇ ਨਾਲ? ਤੁਸੀਂ ਵੀ ਨਾਲ ਸੀਗੇ ਭਾਈ ਜੀ? ਅੱਛਾ, ਇਨਕੋ ਉਠਾਏਗੇ ਤੋ ਉਹ ਸਾਇਦ ਸੇ ਪੈਸੇ ਦੇ ਦੇਂਗੇ ਨਹੀਂ ਦੇਂਗੇ, ਇਸ ਲਈ ਇਨਕੋ ਉਠਾ ਲਿਆ ਥਾ। ਅੱਛਾ, ਕੀ ਕਹਿੰਦੇ ਪੈਸੇ ਦਿਓ ਸਾਡੇ? ਹਾਂ, ਪੈਸੇ ਦਿਓ ਸਾਡੇ। ਕਿੰਨੇ ਪੈਸੇ? ਮੇਰੇ ਪੈਸੇ ਭਾਈ, ਕਿੰਨੀ ਅਮਾਉਂਟ? ਕਿੰਨੀ? ਮਾਮਲਾ ਸੀਗਾ ਕੋਈ ਪੈਸੇ ਦਾ ਲੈਣ ਦੇਣ ਸੀਗਾ, ਸੋ ਜੋ ਇਹਨਾਂ ਦੀ ਗੱਡੀ ਜਿਹੜੀ ਕੀ ਜਿਹੜੇ ਕਿ ਉਹ ਲੈ ਗਏ ਇੱਥੋਂ ਦੀ ਲੈਣ ਦੇਣ ਦੀ। ਕਿੰਨੇ ਪੈਸੇ ਸੀਗੇ ਲੈਣ ਦੇਣ ਟੋਟਲ? ਸਰ ਮੇਰਾ ਕੋਈ ਲੈਣ ਦੇਣ ਨਹੀਂ। ਜੇ ਤੁਹਾਡਾ ਨਹੀਂ ਸੀਗਾ ਤਾਂ ਉਹਨਾਂ ਦੇ ਕਿੰਨੇ ਸੀਗੇ? ਕੋਈ ਲੈਣ ਦੇਣ ਨਹੀਂ ਆ, ਜਿੱਦਾਂ ਉਹ ਦੱਸ ਰਹੇ ਆ ਜਾਂ ਜਿੱਦਾਂ ਅਗਲੇ ਦਾ ਸਿਸਟਮ ਹੈ, ਇਹਨਾਂ ਦੇ 8 ਲੱਖ ਦਾ ਆਪਣਾ ਲੈਣਾ। ਉਹਨਾਂ ਨੂੰ ਤੁਹਾਡੀ ਗੱਡੀ ਦੀ ਪਛਾਣ ਸੀ ਤਾਂ ਤੁਹਾਡੀ ਗੱਡੀ ਮਗਰ ਆਏ? ਭਾਜੀ ਮੈਨੂੰ ਇਹ ਨਹੀਂ ਪਤਾ ਜਾਂ ਤਾਂ ਇਹਨਾਂ ਨੇ ਕਿਸੇ ਨੇ ਮੇਰੇ ਮੂਹਰੇ ਲਾਇਆ ਕਿੱਦਾਂ ਕੀ ਕੀਤਾ ਕੀ ਰੈਕੀ ਕੀਤੀ ਆ ਉਹ ਮੈਨੂੰ ਨਹੀਂ ਪਤਾ ਭਾਜੀ। ਉਹਦਾ ਤੁਹਾਨੂੰ ਕੋਈ ਸ਼ੱਕ ਹੋਇਆ ਕਿ ਪਿੱਛੇ ਪਿੱਛਾ ਕਰਦੇ ਪਏ ਤੁਹਾਡੇ ਮਗਰ? ਸ਼ੱਕ ਵਾਲੀ ਕੋਈ ਗੱਲ ਨਹੀਂ ਸੀ, ਮੈਂ ਤਾਂ ਜਦੋਂ ਆਇਆ ਇਹ 3 ਗੱਡੀਆਂ ਇੱਥੇ ਖੜੀਆਂ ਸੀ। ਕੌਣ ਸੀਗਾ? ਕੌਣ ਮੇਨ ਏਜੰਟ ਆਇਆ ਸੀ? ਮਨਿੰਦਰ ਸੀਗਾ। ਅੱਛਾ, ਮਨਿੰਦਰ ਕੌਣ ਹੈ ਜੀ? ਮਨਿੰਦਰ ਇੱਕ ਕਰੀਅਰ ਲਿੰਕ ਕੰਸਲਟੈਂਟ ਵਿੱਚ, ਉਹਨਾਂ ਦੀ ਕੰਪਨੀ ਹੈ ਮਤਲਬ ਇਹ। ਕਿੱਥੇ ਹੈ ਆਫਿਸ ਉਹਨਾਂ ਦਾ? ਇਹ ਸਰ ਇੱਧਰ ਬੱਸ ਸਟੈਂਡ ਦੇ ਸਾਹਮਣੇ ਹੈ। ਬੱਸ ਸਟੈਂਡ ਦੇ ਸਾਹਮਣੇ ਹੈ। ਅੱਛਾ, ਏਜੰਟ ਹੈ ਉਹ? ਹਾਂਜੀ, ਏਜੰਟ। ਅੱਛਾ, ਏਜੰਟ ਨੇ ਤੁਹਾਡੇ ਗਾਂ ਰਿਲੇਟਿਵ ਨਾਲ ਪੈਸੇ ਲੈਣੇ ਸੀ? ਹਾਂ, ਉਹਨਾਂ ਨਾਲ ਲੈਣੇ ਆ ਸਰ। ਤੁਸੀਂ ਇੱਕ ਵਾਰ ਉਹਨਾਂ ਨਾਲ ਗਏ ਸੀ ਉਦਾਂ ਸੋਲਾ ਕਰਾਉਣ? ਹਾਂਜੀ, ਸੋਲਾ ਕਰਾਉਣ ਗਏ ਸੀਗੇ ਆਪਾਂ, ਬਾਕੀ ਸਾਡਾ ਆਪਾਂ ਨਾ ਕੋਈ ਗਾਰੰਟੀ ਚੱਕੀ ਸੀ ਨਾ ਕਿਸੇ ਨੂੰ ਕੁਝ ਕਿਹਾ ਸੀਗਾ। ਥਾਣੇ 'ਚ ਵੀ ਆਪਾਂ ਸੋਲਾ ਜਿਹੜੀ ਹੋਈ ਸੀ ਲਿਖਤੀ ਰੂਪ ਦੇ ਵਿੱਚ ਹੋਈ ਸੀ? ਕਿੱਦਾਂ? ਕੋਈ ਲਿਖਤਮ ਨਹੀਂ ਹੈ, ਕੋਈ ਬਾਤਚੀਤ। ਉਹਨਾਂ ਨੂੰ ਪਤਾ ਲੱਗਾ ਕਿਹੜੀ ਗੱਡੀ 'ਚ ਆਏ ਸੀ ਉਹ ਜਾਂ ਕਿੱਦਾਂ ਪੈਦਲ? ਇੱਕ ਫੋਰਚੂਨਰ ਸੀਗੀ, ਇੱਕ i20 ਸੀਗੀ ਸਰ, ਇੱਕ ਡਿਜ਼ਾਇਰ ਸੀਗੀ। ਤਿੰਨ ਜਣੇ? ਤਿੰਨ ਗੱਡੀਆਂ ਸੀਗੀਆਂ। ਠੀਕ ਹੈ, ਤੇ ਚੌਥੀ ਗੱਡੀ ਮੇਰੀ ਸੀ। ਨੰਬਰ ਵਗੈਰਾ? ਕਿੰਨੇ ਬੰਦੇ ਸੀ ਉਹ ਟੋਟਲ? ਨੰਬਰ ਦਾ ਟਰੇਸ ਟੋਟਲ ਕਿੰਨੇ ਬੰਦੇ ਸੀ ਉਹ? ਉਹ ਸਰ 12-15 ਬੰਦੇ ਹੋਣੇ। 12-15 ਬੰਦੇ ਸੀਗੇ। ਕੋਈ ਹਥਿਆਰ ਵਗੈਰਾ ਸੀਗਾ ਕੋਲ ਜਾਂ ਕਿੱਦਾਂ? ਸਰ ਗੱਡੀ 'ਚ ਇਹਨੂੰ ਸ਼ੋਅ ਕੀਤਾ ਉਹਨਾਂ ਨੇ, ਮੈਨੂੰ ਤਾਂ ਨਹੀਂ ਕਿਹਾ, ਮੈਨੂੰ ਮੈਂ ਤਾਂ ਮਨਿੰਦਰ ਨਾਲ ਸੀਗਾ। ਸਰ ਯਹਾਂ ਚੱਕੂ ਵੀ ਡੰਡੀ ਤੇ ਚੱਕੂ ਨਿਕਾਲ ਗਿਆ ਵੀ ਚੱਕੂ ਮਾਰ। ਨਾਲੇ ਤੁਸੀਂ ਕਹਿੰਦੇ ਕਿ ਗੋਲੀ ਮਾਰ ਦੇਂਗੇ, ਨਾਲੇ ਕਹਿੰਦੇ ਚੱਕੂ ਹੈ। ਉਹ ਯਹਾਂ ਪੇ ਨਹੀਂ ਗੋਲੀ ਮਾਰਨੇ ਕੀ ਮੁਝੇ। ਨਹੀਂ, ਕੋਈ ਉਧਰ ਰਿਵੋਲਵਰ ਵਗੈਰਾ ਜਾਂ ਕੁਝ ਇਧਰ ਹੱਥ ਆਇਆ ਸੀਗਾ ਜਿਹੜੇ ਗੋਲੀ ਮਾਰਨ ਨੂੰ ਕਹਿ ਰਹੇ ਸੀ? ਫਾਇਦਾ ਮੁਝੇ ਇੰਨੀ ਬੋਲੇ ਭਈ ਚੱਕੂ ਨਾ ਕਿੱਦਾਂ ਗੋਲੀ ਮਾਰ ਦੂਗੀ? ਤੁਸੀਂ ਕਹਿ ਰਹੇ ਹੋ ਗੋਲੀ ਮਾਰਨ ਦਾ ਕਹਿ ਰਹੇ ਸੀ? ਉਹ ਕਹਿ ਰਹੇ ਹੈ ਪਹਿਲਾਂ ਜਦੋਂ ਇੱਧਰ ਆਏ ਸੀਗੇ, ਉਹ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇੱਧਰ ਆਏ ਸੀਗੇ ਉਹਨੂੰ ਕਹਿੰਦੇ ਇਹਨਾਂ ਨੂੰ ਗੋਲੀਆਂ ਮਾਰ ਦੇਣੀਆਂ ਹੈ। ਜਦੋਂ ਗੱਡੀ ਚਲਾ ਕੇ ਮਤਲਬ ਗੋਲੀਆਂ ਮਾਰਨ ਨੂੰ ਉਦਾਂ ਧਮਕਾਇਆ, ਇੱਧਰ ਹਥਿਆਰ ਕੁਛ ਨਹੀਂ ਸੀਗਾ ਉਹਨਾਂ? ਹਾਂ, ਉਹਨਾਂ ਨੇ ਦਿਖਾਇਆ ਕੁਛ ਨਹੀਂਗਾ, ਪਹਿਲਾਂ ਚੱਕੂ ਹੀ ਸੀਗਾ। ਜਦੋਂ ਉੱਧਰ ਗੱਡੀ ਚਲਾ ਕੇ ਗਏ ਹੈ, ਇਹਨੂੰ ਚੱਕੂ ਵੀ ਵਿਖਾਇਆ, ਇਹਨੂੰ ਇਹ ਵੀ ਕਹਿਆ ਕਿ 4-4 ਲੱਖ ਰੁਪਏ ਇੱਕ ਬੰਦੇ ਦਾ ਮਿਲ ਜਾਏਗਾ, ਗੋਲੀ ਗੋਲੀ ਮਾਰ ਦੇਣਗੇ ਇਹਨੂੰ। ਅੱਛਾ, ਜਿਹੜਾ 4-4 ਲੱਖ ਉਹਨਾਂ ਨੂੰ ਮਿਲਣਾ? ਮਤਲਬ ਧਮਕੀ ਦਿੱਤੀ ਉਹਨਾਂ ਨੇ, ਪਰ ਹਥਿਆਰ ਕੋਈ ਨਹੀਂ ਦਿਖਾਇਆ। ਧਮਕੀ ਦਿੱਤੀ ਹੈ, ਹਥਿਆਰ ਕੋਈ ਨਹੀਂ ਦਿਖਾਇਆ ਉਹਨਾਂ ਨੇ। ਥਾਣੇ ਸਰ ਉਹਨਾਂ ਨੇ ਕਿਹਾ ਸੀ ਇੱਕ ਵਾਰੀ ਤੁਸੀਂ ਨਿਬੇੜ ਕੇ ਦੇਖ ਲਓ, ਜੇ ਤੁਹਾਡਾ ਨਿਬੜਿਆ ਤਾਂ ਸਾਡਾ ਨਿਬੜਿਆ ਨੀ ਉੱਥੇ। ਉਹ ਕਹਿੰਦੇ ਤੁਸੀਂ ਇੱਧਰ ਹੀ ਖੜੇ ਰਹੋ, ਅਸੀਂ ਤੁਹਾਡੀ ਗੱਡੀ ਲੈ ਕੇ ਚੱਲੇ ਹਾਂ, ਸਾਡੀ ਗੱਡੀ ਲੈ ਕੇ ਚੱਲ। ਮਤਲਬ ਮੇਨ ਪੈਸੇ ਦਾ ਲੈਣ ਦੇਣ ਸੀ ਮੇਨ? ਹਾਂਜੀ, ਉਹਨਾਂ ਦਾ ਹੀ ਆਪਣਾ ਕੁਛ ਨਹੀਂ। ਪੁਲਿਸ ਕੀ ਕਹਿ ਰਹੀ ਹੈ ਹੁਣ? ਪੁਲਿਸ ਨੂੰ ਤੁਸੀਂ ਸ਼ਿਕਾਇਤ ਦਿੱਤੀ ਆਪਣੀ? ਨਹੀਂ ਭਾਜੀ, ਪੁਲਿਸ ਨੂੰ ਦੇ ਦਿੱਤੀ ਅਸੀਂ ਕੈਸ ਜੇ ਤੁਸੀਂ ਕੈਸ ਕੀ ਆਸ਼ਵਾਸਨ ਦਿੱਤਾ ਪੁਲਿਸ ਨੇ? ਪੁਲਿਸ ਨੇ ਕਿਹਾ ਵੀ ਸਵੇਰੇ ਦੇਖਦੇ ਹਾਂ, ਸਵੇਰੇ ਜਦੋਂ SHO ਸਾਹਿਬ ਆਣਗੇ ਤੇ ਕਾਰਵਾਈ ਕਰਾਂਗੇ। ਅੱਛਾ ਜੀ, ਗੱਡੀ ਕਿੱਥੇ ਲੈ ਗਏ ਪਤਾ ਲੱਗਾ ਹੁਣ? ਨਹੀਂ ਸਰ, ਕੋਈ ਬਾਤ ਨਹੀਂ, ਪਤਾ ਹੀ ਨਹੀਂ ਹੈ ਕਿਸੇ ਚੀਜ਼ ਦਾ ਨਹੀਂ ਪਤਾ। ਉਹ ਤਾਂ ਹਮਾਰੇ ਕੱਪੜੇ ਵੀ ਐਸੇ ਪੂਰਾ ਹਮਾਰਾ ਸਮਾਨ ਪੂਰੀ ਖਿੰਡਾਇਆ ਹੋਇਆ ਸਮਾਨ ਗਾੜੀ ਮੇ ਜਬ ਇਹ ਗਏ ਲੈਣੇ। ਅੱਛਾ, ਹਮਾਰਾ ਸਮਾਨ ਪਤਾ ਹੀ ਨਹੀਂ ਕੈਸੇ ਕਿਆ ਕੀ ਕੀ ਸਮਾਨ ਸੀ ਗੱਡੀ ਵਿੱਚ? ਕੱਪੜੇ ਕੱਪੜੇ ਸਾਨੂੰ ਲੈ ਕੇ ਗਏ ਆ, ਬਾਕੀ ਕੁਛ ਨਹੀਂ ਹੈ ਸਾਡੇ ਕੋਲ। ਹੋਰ ਕੀ ਸੀਗਾ ਗੱਡੀ ਵਿੱਚ ਸਮਾਨ? ਸੀਗਾ
ਲੋਹੇ ਦਾ ਵੀ ਕੋਈ ਸਮਾਨ ਸੀਗਾ ਭਰਾ ਦਾ ਹੀ। ਕੈਸ਼ ਤਾਂ ਨਹੀਂ ਸੀਗਾ ਕੁਛ, ਮੋਬਾਈਲ ਸੀਗਾ, ਮੋਬਾਈਲ ਚ ਵੀ ਧੱਕੇ ਨਾ ਸੀ, ਬਾਅਦ ਚ ਕਹਿ ਕੇ ਮੋਬਾਈਲ ਲਿੱਤੇ ਆਪਾਂ, ਮੋਬਾਈਲ ਵੀ ਖੋਲੇ ਸੀ। ਹਾਂਜੀ ਮੋਬਾਈਲ ਵੀ ਅੰਦਰ ਸੀਗਾ, ਇਹਦਾ ਵੀ ਮੋਬਾਈਲ ਖੋਲਿਆ ਸੀਗਾ। ਤੁਸੀਂ ਦੱਸਿਆ ਆਪਣੇ ਭਰਾ ਨੂੰ, ਮੇਰੇ ਕੋਲ ਸੀਗਾ ਇੱਕ ਮੋਬਾਈਲ, ਮੇਰਾ ਗੱਡੀ ਸੀਗਾ। ਤੁਸੀਂ ਆਪਣੇ ਭਰਾ ਨੂੰ ਦੱਸਿਆ ਕਿ ਤੇਰੇ ਕਰਕੇ ਮੇਰੀ ਗੱਡੀ ਖੋ ਕੇ ਲੈ ਗਏ ਪੈਸੇ? ਮੈਂ ਉਹਨਾਂ ਦੀ ਗੱਲਬਾਤ ਵੀ ਕਰਾਤੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਤਾਂ ਛੱਡਣਾ ਤੇ ਤੁਸੀਂ ਪੈਸੇ ਦਿਓ। ਅੱਛਾ ਤੁਹਾਡਾ ਭਰਾ ਕੀ ਕਹਿੰਦਾ ਪੈਸੇ ਦੇ ਦੂੰਗਾ? ਉਹ ਕਹਿੰਦੇ ਅਸੀਂ ਆਉਣ ਲੱਗੇ ਆ, ਜਦੋਂ ਵੀ ਤੁਹਾਨੂੰ ਥੋੜਾ, ਉਹਨਾਂ ਨੇ ਕਿਹਾ ਵੀ ਸਾਨੂੰ ਟਿਊਟਰ ਤੱਕ ਦਾ ਟਾਈਮ ਦਿਓ ਬਈ ਅਸੀਂ ਨਹੀਂ। ਹੁਣ ਤੁਹਾਡੀ ਮਦਦ ਲਈ ਆਏ ਨਹੀਂ ਹੋ ਤੁਸੀਂ, ਉਹਨਾਂ ਦੀ ਮਦਦ ਲਈ ਗਏ ਹੋ? ਆਉਂਦੇ ਹੋਏ ਆ, ਰਸਤੇ 'ਚ ਹੈਗੇ। ਕਿੰਨਾ ਸਮਾਂ ਹੋ ਗਿਆ ਟੋਟਲ ਗੱਡੀ ਖੋਏ ਨੂੰ? ਨਹੀਂ ਕਿਹੜੀ ਜਗ੍ਹਾ ਤੋਂ ਆ ਰਹੇ ਹੋ? ਉਹ ਕਰਨਾਲ ਤੋਂ ਭਾਜੀ। ਕਰਨਾਲ ਤੋਂ ਆ ਰਹੇ ਹੋ? ਦੇ ਨੇੜੇ ਤੇੜੇ ਪੈਂਦੇ ਭਾਜੀ। ਅੱਛਾ ਉੱਥੋਂ ਆ ਰਹੇ ਵਾਪਸ ਹੁਣ? ਭਾਈ ਗੱਡੀ ਨੰਬਰ ਕੀ ਸੀ? HR 5153। ਕਿਹੜੀ ਗੱਡੀ? ਇਹ ਬ੍ਰੇਜਰ ਸੀ। ਪੁਲਿਸ ਨੂੰ ਲਿਖਤੀ ਕੰਪਲੇਂਟ ਦਿੱਤੀ ਹੈ ਤੁਸੀਂ? ਲਿਖਤੀ ਕੰਪਲੇਂਟ ਦਿੱਤੀ। ਜਿਹੜੇ 10-12 ਬੰਦੇ ਕਹਿ ਰਹੇ ਉਹਦੇ ਵਿੱਚ ਮਨਿੰਦਰ ਸੀਗਾ ਨਾਲ, ਜਿਹੜਾ ਤੁਸੀਂ ਮਨਿੰਦਰ? ਹਾਂਜੀ ਸਰ, ਮਨਿੰਦਰ ਦੇ ਨਾਲ, ਮਨਿੰਦਰ ਨੇ ਮੈਨੂੰ ਨਾਲ ਪਾਇਆ ਹੋਇਆ ਸੀਗਾ। ਇਹਦੇ ਨਾਲ ਜਿਹੜੇ ਬਾਕੀ ਬੰਦੇ ਸੀਗੇ ਉਹ 2 ਗੱਡੀ ਲੈ ਕੇ ਜਿਹੜੇ ਸੀਗੇ ਗਏ ਮੇਰੇ ਵਾਲੀ ਗੱਡੀ। ਉਹ ਅਲੱਗ ਸੀਗੇ ਜਿਹੜਾ ਮਨਿੰਦਰ ਸੀ ਤੁਹਾਡੇ ਨਾਲ ਸੀਗਾ? ਇੱਧਰ ਹੀ ਲੈ ਕੇ ਗਏ ਵੀ ਸਾਨੂੰ ਇਹ ਕਹਿ ਕੇ ਲੈ ਕੇ ਗਏ ਕਿ ਅਸੀਂ ਥਾਣੇ ਜਾਣਾ, ਪਰ ਇਹਨੂੰ ਕਿਸੇ ਹੋਰ ਪਾਸੇ ਲੈ ਗਏ। ਅੱਛਾ ਉਹਨੂੰ ਕਿਸੇ ਹੋਰ ਪਾਸੇ ਲੈ ਗਏ? ਮੈਨੂੰ ਥਾਣੇ ਲੈ ਗਏ। ਉਹਨੂੰ ਵੀ ਡਰਾਇਆ ਧਮਕਾਇਆ ਤਾਂ? ਉਹ ਡਰਾਇਆ ਧਮਕਾਇਆ ਸੀਗਾ ਤਾਂ? ਮੈਨੂੰ ਹਾਂਜੀ ਬਾਅਦ ਪਹਿਲਾਂ ਧਮਕਾਇਆ ਸੀ ਜਦੋਂ ਵੀਡੀਓ ਬਣਾਉਂਦੇ ਸੀ ਨਾ, ਧਮਕਾਉਣ ਲੱਗੇ ਸੀਗੇ ਵੀ ਹਾਂ ਤੂੰ 10 ਵਜੇ ਤੂੰ ਸਾਡੇ ਪੈਸੇ ਦੇਣੇ, ਮੈਂ ਮੇਰੇ ਕੋਈ ਲੈਣ ਦੇਣ ਨਹੀਂ ਤੁਹਾਡੇ ਨਾਲ, ਮੈਂ ਕਿੱਥੋਂ ਪੈਸੇ ਦੇਵਾਂ ਤੁਹਾਡੇ? ਮਤਲਬ ਤੁਹਾਡਾ ਕੋਈ 1 ਰੁਪਏ ਦਾ ਲੈਣ ਦੇਣ? ਮੇਰਾ ਕੋਈ 1 ਰੁਪਏ ਦਾ ਲੈਣ ਦੇਣ ਨਹੀਂ, ਨਾ ਮੇਰਾ ਨਾ ਇਹਨਾਂ ਨਾਲ ਕੋਈ ਕੰਮ ਕਾਰ ਆਏਗਾ, ਨਾ ਕੋਈ ਮੇਰਾ ਲੈਣ ਦੇਣ। ਮੇਰੇ ਤਾਂ ਬਾਤਚੀਤ ਨੂੰ ਵੀ ਤੁਸੀਂ ਜੇ ਕੋਲ ਟ੍ਰੇਸ ਵੀ ਕਰੋਗੇ ਕਿੱਦਾਂ ਨਿਕਲਵਾ? ਸਿਰਫ ਇੱਕ ਵਾਰ ਤੁਸੀਂ ਆਫਿਸ ਗਏ ਸੀ ਤਾਂ ਕਰਕੇ ਤੁਸੀਂ ਉਹਦੇ ਨਜ਼ਰਾਂ ਚੜ ਗਏ ਹੋ? ਹਾਂਜੀ ਬਸ ਮੈਂ ਆਫਿਸ ਗਿਆ ਸੀਗਾ ਤਾਂ ਹੀ ਮੈਂ ਨਜ਼ਰਾਂ ਚੜਿਆ। ਤੇ ਮਨਿੰਦਰ ਤੁਹਾਨੂੰ ਥਾਣੇ ਲੈ ਕੇ ਆ ਸੀਗਾ? ਹਾਂਜੀ ਥਾਣੇ ਗਿਆ ਮੈਂ, ਉਹਨਾਂ ਨੂੰ ਕਿਹਾ ਥਾਣੇ ਮਨਿੰਦਰ ਨਾਲ ਕੋਈ ਗੱਲ ਕੀਤੀ ਪੁਲਿਸ ਵਾਲਿਆਂ ਨੇ? ਪੁਲਿਸ ਵਾਲਿਆਂ ਨੇ ਵੀ ਗੱਲ ਕੀਤੀ ਉਹਨਾਂ ਨੇ, ਉਹਨਾਂ ਨੇ ਕਿਹਾ ਵੀ ਉਹਨਾਂ ਦੀ ਗੱਲ ਕਹਿੰਦੇ ਆ ਵੀ ਗੱਡੀ ਜ਼ਬਤ ਕਰੋ ਜਾਂ ਇੱਦਾਂ ਕਰੋ ਉੱਦਾਂ ਕਰੋ, ਕਹਿੰਦਾ ਵੀ ਅਸੀਂ ਕਿਉਂ ਜ਼ਬਤ ਕਰੀ ਜਦੋਂ ਤੱਕ ਕਸੂਰ ਨਹੀਂ ਹੈਗਾ? ਤੁਸੀਂ ਥਾਣੇ ਵਾਲੇ ਕਹਿੰਦੇ ਕੇ ਦੇਖੋ, ਥਾਣੇ ਵਾਲੇ ਕਹਿੰਦੇ? ਹਾਂਜੀ। ਤੇ ਥਾਣੇ ਵਾਲਿਆਂ ਨੇ ਤੁਹਾਨੂੰ ਗੱਡੀ ਦਵਾਈ ਨਹੀਂ ਫਿਰ? ਨਹੀਂ ਸਰ, ਗੱਡੀ ਨਹੀਂ ਦਵਾਈ। ਜਿਹੜੀ ਗੱਡੀ ਮਨਿੰਦਰ ਹੀ ਲੈ ਗਿਆ ਫਿਰ? ਹਾਂਜੀ ਹਾਂਜੀ, ਪੁਲਿਸ ਨੇ ਕੋਈ ਹੈਲਪ ਨਹੀਂ ਕੀਤੀ? ਉਹ ਲੈ ਕੇ ਗਏ ਆ। ਪੁਲਿਸ ਨੇ ਤੁਹਾਡੀ ਕੋਈ ਹੈਲਪ ਨਹੀਂ ਕੀਤੀ ਹੁਣ? ਅਜੇ ਤੱਕ ਸਰ ਕੋਈ ਹੈਲਪ ਨਹੀਂ ਹੋਈ ਆ। ਬਾਕੀ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਬਈ ਰਿਟਰਨ 'ਚ ਮੈਂ FIR ਦੇ ਦਿੱਤੀ ਹੈ, ਉਹ ਕਹਦੇ ਵੀ ਸਵੇਰੇ ਤੁਹਾਨੂੰ ਰਿਟਰਨ ਕੰਪਲੀਟ ਦੇ ਦਿੱਤੀ, ਉਸ ਤੋਂ ਬਾਅਦ ਕਹਿੰਦੇ ਵੀ ਕਾਰਵਾਈ ਕਰਾਂ। ਤੁਹਾਨੂੰ ਕੁਝ ਪਤਾ ਕਿ ਮਨਿੰਦਰ ਕਿੱਥੇ ਦਾ ਰਹਿਣ ਵਾਲਾ ਹੈਗਾ? ਕੁਝ ਸਰ ਮੈਨੂੰ ਕੁਝ ਨਹੀਂ ਪਤਾ। ਨਹੀਂ ਕੁਝ ਬਸ ਉਹਦਾ ਮੇਰੀ ਯਾਰੀ ਦੋਸਤੀ ਸੀਗੀ, ਮਨਿੰਦਰ ਨਾਲ ਨਹੀਂ ਮਿਲਿਆ, 4-5 ਵਾਰੀ ਮਿਲਿਆ ਮਨਿੰਦਰ ਨਾਲ ਤੁਹਾਡੀ ਜਦੋਂ ਯਾਰੀ ਦੋਸਤੀ ਸੀਗੀ? ਹਾਂਜੀ ਉਹਦਾ ਮੇਨ ਹੈ, 4-5 ਵਾਰੀ ਮਿਲਿਆ ਲੇਕਿਨ ਉਹਦਾ ਮਤਲਬ ਵਧੀਆ ਸੀਗਾ ਮੇਰਾ ਉਹਨਾਂ ਨਾਲ, ਬਸ ਇਸ ਕਰਕੇ ਉਹਨਾਂ ਨੇ ਜਾਣ ਬੁੱਝ ਕੇ ਮੇਨ ਏਜੰਟੀ ਦਾ ਕੰਮ ਕਰਦਾ ਮਨਿੰਦਰ ਜਿਹੜਾ। ਹਾਂਜੀ ਕਿਹੜੀ ਕੋਈ ਵੀਜ਼ਾ ਵੂਜ਼ਾ ਲਾਇਆ ਸੀ ਤੁਸੀਂ? ਯਾਰ ਲਿੰਕ ਵੀਜ਼ਾ ਕੰਸਲਟੈਂਟ ਕੀ ਤੁਸੀਂ ਕੋਈ ਕੰਮ ਕੁਮ ਲਾਇਆ ਸੀ ਉਹਨਾਂ ਦਾ? ਇਹ ਕੀ ਬਾਤ ਲਾ ਉਹਨਾਂ ਨੇ ਤੁਹਾਡੇ ਬ੍ਰਦਰ ਨੇ ਜਿਹੜੇ? ਹਾਂ ਮਤਲਬ ਜੋ ਅੱਗੇ ਸੇ ਅੱਗੇ ਥੇ ਉਹਨਾਂ ਨੇ ਕੰਮ ਤੇ ਉਹਨੀ ਕਾ ਲੈਣਾ ਦੇਣਾ ਤੇ ਮੇਰਾ ਕੋਈ ਲੈਣਾ ਦੇਣਾ ਨਹੀਂ। ਅੱਛਾ ਜੀ। ਹਾਂਜੀ ਸੋ ਦੇਖ ਸਕਦੇ ਹੋ ਕਿ ਪੁਲਿਸ ਨੂੰ ਕੰਪਲੇਂਟ ਦਿੱਤੀ ਆ, ਪਰ ਇਹ ਕਹਿ ਰਹੇ ਪੁਲਿਸ ਵੱਲੋਂ ਕੋਈ ਵੀ ਹੈਲਪ ਨਹੀਂ ਮਿਲੀ ਆ। ਜਿਹੜਾ ਕਿ ਇੱਕ ਮਾਲਟੋਨ ਮਾਰਕੀਟ ਦੇ ਅੰਦਰ ਦਾ ਜੇ ਕਾਰ ਜਿਹੜੀ ਕੀ ਖੋ ਕੇ ਲੈ ਜਾਂਦੇ ਆ, ਜਿਹੜਾ ਕਿ ਸੋ ਦੱਸਿਆ ਤਾਂ ਜੋ ਸਾਰਾ ਮਾਮਲਾ ਕਿ ਜੋ ਟਰੈਵਲ ਏਜੰਟੀ ਦਾ ਸਾਰਾ ਮਾਮਲਾ ਕੋਈ ਬਾਹਰ ਜਾਣ ਵਾਸਤੇ ਜੋ ਪੈਸੇ ਪੁਸੇ ਦਿੱਤੇ ਸੀ ਉਹਦੇ ਕਰਕੇ ਕਿ ਜਿਹੜਾ ਕਿ ਇਹ ਪੈਸੇ ਦਿੱਤੇ ਜਾ ਰਹੇ ਕਿ ਆਰੋਪ ਲਗਾ ਰਹੇ ਮਨਿੰਦਰ ਦੇ ਉੱਪਰ, ਜੋ ਸਾਡਾ ਜਾਣਾ ਇਸ ਗੱਲ ਕੋਈ ਪੁਸ਼ਟ ਨਹੀਂ ਕਰਦਾ ਜੋ ਉਹ ਆਰੋਪ ਲਗਾ ਰਹੇ ਠੀਕ ਹੈ ਜੇ ਗਲਤ ਹੈ। ਸੋ ਇਸ ਮਾਮਲੇ ਲੈ ਕੇ ਹੋਰ ਅਪਡੇਟ ਹੈਗੀ ਤੁਹਾਨੂੰ ਦੁਆਰਾ ਫਿਰ ਉਭਰ ਹੋਵਾਂਗੇ, ਤਦ ਤੋਂ ਜ਼ਿਆਦਾ ਜਿੰਨਾ ਟਾਈਮ ਦੇਖ ਰਹੇ ਸਾਡੇ ਦੇਸ਼ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਸਿਰਫ ਉਹਦੇ ਆਫਿਸ ਗਏ ਸੀ ਜਿਹੜਾ ਦੋਨਾਂ ਪਾਰਟੀਆਂ ਦਾ ਸੋਰਟ ਆਊਟ ਕਰਾਉਣ ਦੇ ਲਈ, ਪਰ ਪਤਾ ਨਹੀਂ ਜਿਹੜਾ ਮਾਮਲਾ ਐਡਾ ਵੱਧ ਗਿਆ ਕਿ ਇਹਨਾਂ ਦੀ ਗੱਡੀ ਹੈ ਜਿਹੜੀ ਪਤਾ ਨਹੀਂ। ਦੂਜੀ ਪਾਰਟੀ ਜੇ ਸਾਡਾ ਕੋਈ ਚੈਨਲ ਦੇਖ ਰਿਹਾ ਹੋਵੇ ਤਾਂ ਆਪਣਾ ਪੱਖ ਰੱਖ ਸਕਦਾ, ਡਰਾਇਆ ਧਮਕਾਇਆ ਇਹਨਾਂ ਨੂੰ ਸਾਡੇ ਚੈਨਲ ਤੁਹਾਡੇ ਚੈਨਲ ਥਰੂ ਪੁੱਛੀਆਂ ਨਹੀਂ ਕੀਤੀ ਜਾਂਦੀ ਹੈ। ਜੇਕਰ ਦੂਸਰਾ ਪੱਖ ਆਪਣਾ ਪੱਖ ਰੱਖਣਾ ਚਾਹੁੰਦੇ ਜ਼ਰੂਰ ਸਾਡੇ ਨਾਲ ਸੰਪਰਕ ਕਰਕੇ ਰੱਖ ਸਕਦੇ ਹੋ। ਮੈਨੂੰ ਥੋੜਾ ਜਿਹਾ ਇਹ ਵੀ ਕਹਿ ਰਹੇ ਵੀ ਸਾਡੇ ਮੰਤਰੀ ਜਾਣਕਾਰ ਹੈਗੇ ਆ, ਸਾਡੇ ਪੁਲਿਸ ਚ ਪੋਲੀਟੀਕਲ ਪ੍ਰੈਸ਼ਰ ਦਿਖਾ ਰਹੇ ਆ, ਪੋਲੀਟੀਕਲ ਤੇ ਨਾਲੇ ਥੋੜਾ ਜਿਹਾ ਕਹਿ ਸਕਦੇ ਤੁਸੀਂ। ਕੌਣ ਕਹਿ ਰਿਹਾ ਸੀ ਨਿਕਲ ਦਾ? ਇਹ ਸਾਰੇ ਕਈ ਜਰ ਜਿਹੜੇ ਦੂਜੇ ਮੁੰਡੇ ਸੀਗੇ ਉਹ ਵੀ ਕਹਿੰਦੇ ਜੇ ਇੱਧਰੋਂ ਬਚ ਗਏ, ਜੇ ਪ੍ਰਸ਼ਾਸਨੋਂ ਬਚ ਗਏ ਇਹਨਾਂ ਨੂੰ ਫਿਰ ਆਪਾਂ ਦੇਖ ਲਾਂਗੇ, ਇੱਦਾਂ ਦੇ ਥਰੈਟ ਉਹਨਾਂ ਨੇ ਕਹੇ ਆ। ਥਰੈਟ ਕੀਤਾ ਤੁਹਾਨੂੰ? ਹਾਂਜੀ। ਤੁਸੀਂ ਮਤਲਬ ਸੇਫ ਮੰਨਦੇ ਹੋ ਆਪਣੀ? ਮੈਂ ਸੇਫ ਨਹੀਂ ਹਾਂ ਭਾਜੀ, ਮੈਂ ਥਾਣੇ ਤੋਂ ਹੁਣੇ ਨਿਕਲ ਕੇ ਆਇਆ, ਮੈਂ ਇਹਨਾਂ ਨੂੰ ਭਰਾਵਾਂ ਨੂੰ ਬੁਲਾਇਆ, ਮੈਂ ਜਦੋਂ ਥਾਣੇ ਹੀ ਬੈਠਾ ਸੀਗਾ।
ਮੈਂ ਥਾਣੇ ਤੋਂ ਨਹੀਂ, ਪੁਲਿਸ ਨੇ ਕੋਈ ਹੱਥ ਪੱਲਾ ਨਹੀਂ ਫੜਿਆ ਤੁਹਾਡਾ, ਭਰਾ ਨੂੰ ਫੋਨ ਲਾਇਆ ਉਹਨੂੰ, ਉਹਨੇ ਗੱਡੀ ਭੇਜੀ, ਮੈਂ ਤਾਂ ਉਹਦੇ ਨਾਲ ਆਇਆ। ਤੋ ਦੇਖ ਸਕਦੇ ਹੋ ਕਿ ਸ਼ਰਿਆਮ ਜਿਹੜੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਇਸ ਵਕਤ ਫਿਲਹਾਲ ਬਾਰ-ਬਾਰ। ਦਾਦੀ ਕੇ ਇਹ ਵੀ ਦੱਸ ਰਿਹਾ ਕਿ ਜੋ ਕੋਈ ਕਾਫੀ ਧਮਕੀਆਂ ਵੀ ਦੇ ਰਿਹਾ ਕਿ ਮਨਿੰਦਰ ਨਾਮ ਦੇ ਲੜਕੇ ਦਾ ਨਾਮ ਵੀ ਲਾ ਰਿਹਾ। ਸੋ ਸਾਡੇ ਚੈਨਲ ਇਸ ਗੱਲ ਕੋਈ ਪੁਸ਼ਟ ਨਹੀਂ ਕਰਦਾ ਕਿ ਜੋ ਹੈ ਆਰੋਪ ਲਗਾ ਰਹੇ ਸਹੀ ਹੈ ਜੇ ਗਲਤ ਹੈ, ਜੇ ਦੂਜੀ ਪਾਰਟੀ ਵੀ ਸਾਡਾ ਚੈਨਲ ਦੇਖ ਰਹੀ ਹੋਵੇ ਜਾਂ ਜਨਤਾ ਨਾਮ ਦੇਖ ਰਹੇ, ਸਾਡੇ ਸਾਥ ਬਹੁਤ ਬਹੁਤ ਧੰਨਵਾਦ।